ਕਰੋਨਾ ਵਾਇਰਸ ਦਾ ਸੁਣਿਆ ਕਿ ਗੁੱਜਰ ਡੇਰਿਆਂ ਦੇ ਉੱਤੇ ਅਤੇ ਇਹਨਾਂ ਨੂੰ ਖਾਸ ਕਰਕੇ ਟਾਰਗੇਟ ਕੀਤਾ ਗਿਆ ਕਿ ਇਹਨਾਂ ਦਾ ਦੁੱਧ ਨਹੀਂ ਲੈਣਾ। ਸਾਡੇ ਡੇਰਿਆਂ ਦੇ ਉੱਤੇ ਕੋਈ ਦਿੱਲੀ ਤੋਂ ਕੋਈ ਬਾਹਰੋਂ ਬੰਦਾ ਨਹੀਂ ਆ ਕੇ ਰਹਿੰਦਾ। ਜ਼ਹਿਰ ਦੀ ਮਲਾਈ ਹੋਈ ਜਿਹਦੇ ਨਾਲ ਲੋਕ ਇੰਨਾ ਵਾਈਟ ਕਰਦੇ। ਜਾਤਵਾਦੀ ਦੇ ਉੱਤੇ ਸਿਆਸਤ ਨਾ ਕਰੋ। ਦੂਜੀ ਜਿਹੜੇ ਦੁੱਧ ਲੈ ਕੇ ਜਾਂਦੇ ਉਹਨਾਂ ਨੇ ਨਾ ਕਰਦੇ ਵੀ ਸਾਨੂੰ ਗਾਂ ਤੋਂ ਜਿਹੜੇ ਘਰਾਂ ਵਾਲੇ ਲੋਕ ਆ ਵੀ ਉਹ ਇਹ ਕਹਿੰਦੇ ਆ ਵੀ ਤੁਸੀਂ ਗੁਜਰਾਂ ਤੋਂ ਦੁੱਧ ਲਿਆਉਂਦੇ ਇਹਦੇ ਵਿੱਚ ਕਰੋਨਾ ਆ। ਨਿਜ਼ਾਮੂਦੀਨ ਮਾਰਕੀਟ 'ਚ ਤਬਦੀਲੀ ਜਮਾਤ ਦੇ ਲੋਕਾਂ ਵੱਲੋਂ ਸ਼ਾਮਲ ਹੋਣ ਤੋਂ ਬਾਅਦ ਲੋਕਾਂ ਨੇ ਗੁੱਜਰ ਭਾਈਚਾਰੇ ਨਾਲ ਵਿਤਕਰਾ ਕਰਨਾ ਸ਼ੁਰੂ ਕਰ ਦਿੱਤਾ। ਕੋਰੋਨੇ ਦੇ ਚੱਲਦੇ ਲੋਕਾਂ ਨੇ ਗੁੱਜਰ ਭਾਈਚਾਰੇ ਤੋਂ ਦੁੱਧ ਲੈਣਾ ਵੀ ਬੰਦ ਕਰ ਦਿੱਤਾ। ਲੋਕਾਂ ਵੱਲੋਂ ਗੁੱਜਰ ਭਾਈਚਾਰੇ ਨਾਲ ਕੀਤੇ ਜਾਂਦੇ ਵਿਤਕਰੇ ਬਾਰੇ ਕਬੱਡੀ ਕਮੈਂਟਰ ਮੱਖਣ ਅਲੀ ਦਾ ਕੀ ਕਹਿਣਾ ਹੈ, ਆਹ ਤੁਸੀਂ ਆਪ ਹੀ ਸੁਣ ਲਓ। ਪਰ ਇੱਕ ਪੰਜਾਬ ਦੇ ਵਿੱਚ ਗੁੱਜਰ ਬਰਾਦਰੀ ਨੂੰ ਬਹੁਤ ਵੱਡੀ ਸਮੱਸਿਆ ਦਰਪੇਸ਼ ਆ ਰਹੀ ਆ। ਉਹ ਸਮੱਸਿਆ ਕੀ ਆ ਵੀ ਗੁੱਜਰ ਜਿਹੜੇ ਆ ਉਹ ਜਮਾਤ ਦੇ ਨਾਲ ਜੁੜੇ ਆ, ਤਬਲੀਗੀ ਜਮਾਤ, ਅਤੇ ਉਹਦੇ ਥਰੂ ਜਿਹੜਾ ਵਾ ਉਹ ਕੋਰੋਨਾ ਵਾਇਰਸ ਅਗਾਂਹ ਫੈਲ ਰਿਹਾ। ਮੈਂ ਇੱਕ ਗੱਲ ਇੱਥੇ ਕਲੀਅਰ ਕਰ ਦੇਣੀ ਚਾਹੁੰਦਾ ਵਾਂ ਕਿ ਮੁਸਲਿਮ ਧਰਮ ਜਿਹੜਾ ਆ ਉਸ ਦੇ ਵਿੱਚ ਬਹੁਤ ਸਾਰੇ ਮਤ ਆ। ਹਰ ਧਰਮ ਦੇ ਵਿੱਚ ਬਹੁਤ ਸਾਰੇ ਮਤ ਹੁੰਦੇ, ਇਸੇ ਤਰ੍ਹਾਂ ਮੁਸਲਿਮ ਧਰਮ ਦੇ ਵਿੱਚ ਵੀ ਬਹੁਤ ਸਾਰੇ ਮਤ ਆ ਜਿਸ ਦਿਨ ਉਹਨਾਂ ਦਾ ਹਿੱਸਾ, ਉਹਨਾਂ ਦਾ ਪਾਰਟ ਜਿਹੜਾ ਆ ਉਹ ਤਬਲੀਗੀ ਜਮਾਤ ਆ। ਕੋਈ ਜਮਾਤ ਇਸਲਾਮੀ ਨਾਲ ਜੁੜਿਆ, ਕੋਈ ਮੁਸਲਿਮ ਪਰਸਨਲ ਲਾਅ ਬੋਰਡ ਦੇ ਨਾਲ ਜੁੜਿਆ ਹੋਇਆ, ਕੋਈ ਮੁਫਤੀ ਆਜ਼ਮ ਪੰਜਾਬ ਮਰੇਲਕੋਟ ਦਾ ਨੂੰ ਮੰਨਦਾ ਹੈ, ਕੋਈ ਜੋ ਹੈ ਉਹ ਬਰੇਲਵੀ ਆ, ਕੋਈ ਅਹਿਲੇ ਸੁਨਤ ਆ, ਕੋਈ ਅਹਿਲੇ ਹਦੀਸ ਆ, ਕੋਈ ਇਮਾਮ ਬੁਖਾਰੀ ਦਿੱਲੀ ਨੂੰ ਫਾਲੋ ਕਰਦਾ ਆ, ਕੋਈ ਨਕਸ਼ਬੰਦੀ ਆ, ਕੋਈ ਚਿਸ਼ਤੀ ਆ, ਕਾਦਰੀ ਆ, ਔਰ ਬਹੁਤ ਸਾਰੇ ਜਿੰਨੇ ਕੁ ਮੇਰੇ ਨੋਟਸ ਦੇ ਵਿੱਚ ਆ, ਇਹ ਵੱਖ ਵੱਖ ਮਤ ਆ। ਇਸੇ ਤਰ੍ਹਾਂ ਜਿਹੜੀ ਤਬਲੀਗੀ ਜਮਾਤ ਆ ਉਹ ਮੁਸਲਮਾਨਾਂ ਦਾ ਇੱਕ ਪਾਰਟ ਆ, ਨਾ ਕਿ ਮੁਸਲਮਾਨ ਗੁੱਜਰ ਤਬਲੀਗੀ ਜਮਾਤ ਦਾ ਪਾਰਟ ਨੇ। ਇਹ ਚੀਜ਼ ਮੈਂ ਕਲੀਅਰ ਕਰਨਾ ਚਾਹੁੰਦਾ ਵੀ ਉਹ ਇੱਕ ਪਾਰਟ ਆ। ਕੁਝ ਪਰਸੈਂਟ ਲੋਕ ਗੁੱਜਰ ਬਰਾਦਰੀ ਦੇ ਵੀ ਤਬਲੀਗੀ ਜਮਾਤ ਦੇ ਨਾਲ ਜੁੜੇ ਨੇ। ਉਹ ਜਦੋਂ ਦਸੰਬਰ ਮਹੀਨਾ ਹੁੰਦਾ ਆ ਆਪਣੇ ਕਾਰੋਬਾਰ ਤੋਂ ਫਰੀ ਹੋ ਕੇ ਮਰੇਲਕੋਟਲਾ ਦੇ ਵਿੱਚ ਇਜਤਮਾ ਹੁੰਦਾ, ਉਸ ਤੋਂ ਬਾਅਦ ਉਹ ਜਾਂਦੇ ਆ ਉਹ ਆਪਣੇ ਇਸਲਾਮ ਧਰਮ ਦਾ ਉਹ ਮਸੀਤਾਂ ਦੇ ਵਿੱਚ 3 ਦਿਨ ਰਹਿ ਕੇ ਪ੍ਰਚਾਰ ਕਰਦੇ ਆ। ਸੋ ਉਸੇ ਹੀ ਲੜੀ ਜਾਂ ਕੜੀ ਦੇ ਤਹਿਤ ਕਹਿ ਲਓ ਵੀ ਕੁਛ ਪਰਸੈਂਟੇਜ ਲੋਕ ਜਿਹੜੇ ਆ ਉਹ ਜਮਾਤ ਦੇ ਨਾਲ ਜੁੜੇ ਆ। ਉਹਨਾਂ ਦਾ ਟੈਸਟ ਹੋਇਆ, ਉਹ ਬੰਬੇ ਦੇ ਮੁੰਡੇ ਦਾ ਜਿਹੜਾ ਵਾ ਉਹ ਕਰੋਨਾ ਪੋਜ਼ਿਟਿਵ ਪਾਇਆ ਗਿਆ, ਅਤੇ ਉਹ ਸ਼ੋਕ ਹੀ ਹੋਇਆ ਪੂਰੇ ਕਪੂਰਥਲੇ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਕਿ ਕੋਟ ਕਰਾਰਖਾਂ ਦੇ ਵਿੱਚੋਂ ਗੁੱਜਰਾਂ ਦਾ ਮੁੰਡਾ ਜਿਹੜਾ ਉਹ ਪੋਜ਼ਿਟਿਵ ਪਾਇਆ ਗਿਆ। ਸੋ ਸਮੱਸਿਆ ਇਹ ਖੜੀ ਹੋ ਗਈ ਵੀ ਇਹ ਗੁੱਜਰ ਜਿਹੜੇ ਆ ਇਹ ਬਿਮਾਰੀ ਫੈਲਾ ਰਿਹਾ ਲੋਕਾਂ ਦੇ ਵਿੱਚ। ਇਹ ਇੱਕ ਬਹੁਤ ਵੱਡਾ ਹੋਊਗਾ, ਇੱਕ ਬਹੁਤ ਵੱਡੀ ਅਫਵਾਹ ਜਿਹੜੀ ਆ ਉਹ ਫੈਲ ਗਈ ਕਿ ਕੋਟ ਕਰਾਰਖ ਦਾ ਬੰਦਾ ਦਿੱਲੀ ਗਿਆ, ਉਹ ਉੱਥੋਂ ਬਿਮਾਰੀ ਨਾਲ ਲਿਆ। ਜਦਕਿ ਇਸ ਤਰ੍ਹਾਂ ਨਹੀਂ, ਬੰਦਾ ਬੰਬੇ ਤੋਂ ਦਿੱਲੀ ਆਇਆ, ਦਿੱਲੀ ਤੋਂ ਪੰਜਾਬ ਕਪੂਰਥਲਾ ਆਇਆ, ਉਸ ਤੋਂ ਗਾਂ ਇਹ ਕਹਾਣੀ ਜਿਹੜੀ ਆ ਉਹ ਤੁਰ ਪਈ ਆ। ਹੁਣ ਸਮੱਸਿਆ ਬਹੁਤ ਵੱਡੀ ਇਹ ਆ ਵੀ ਸਾਡੇ ਬਹੁਤ ਸਾਰੇ ਗਰੀਬ ਲੋਕ ਆ, ਕੋਈ 5 ਕਿਲੋ ਕੋਈ 10 ਕਿਲੋ ਦੁੱਧ ਵੇਚ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਆ। ਸੋ ਉਹਨਾਂ ਦੇ ਦੁੱਧ ਲੈਣ ਤੋਂ ਲੋਕਾਂ ਨੇ ਨਾਂਹ ਕਰ ਦਿੱਤੀ ਆ। ਦੂਜੀ ਜਿਹੜੇ ਦੁੱਧ ਲੈ ਕੇ ਜਾਂਦੇ ਉਹਨਾਂ ਨੇ ਨਾਂਹ ਕਰਦੇ ਵੀ ਸਾਨੂੰ ਗਾਂਹ ਤੋਂ ਜਿਹੜੇ ਘਰਾਂ ਵਾਲੇ ਲੋਕ ਆ ਵੀ ਉਹ ਇਹ ਕਹਿੰਦੇ ਆ ਵੀ ਤੁਸੀਂ ਗੁੱਜਰਾਂ ਤੋਂ ਦੁੱਧ ਲਿਆਉਂਦੇ ਇਹਦੇ ਵਿੱਚ ਕਰੋਨਾ ਆ। ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜਿੰਨੇ ਕੁ ਵੀਰ ਮੇਰੇ 'ਤੇ ਬਿਲੀਵ ਕਰਦੇ ਆ, ਜਿੰਨੇ ਕੁ ਮੇਰੇ ਉੱਪਰ ਯਕੀਨ ਕਰਦੇ ਆ ਕਿ ਪਲੀਜ਼ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ। ਹਜੇ ਤੱਕ ਕਪੂਰਥਲਾ 0 ਆ ਤਾਂ 0 ਹੀ ਰਹੂਗਾ, ਰੱਬ ਦੀ ਮਿਹਰ ਰਹੂਗੀ। ਸੋ ਕਿਉਂਕਿ ਉਹ ਬੰਦਾ ਜਿਹੜਾ ਆਇਆ ਉਹਦੇ ਵਿੱਚ ਉਹ ਬੰਬੇ ਦਾ ਆ। ਉਧਰ ਦੂਜੇ ਪਾਸੇ ਇਸ ਮਾਮਲੇ ਤੇ ਪਿੰਡ ਪੱਖੋਵਾਲ ਦੇ ਸਰਪੰਚ ਦਾ ਕੀ ਕਹਿਣਾ ਹੈ, ਤੁਸੀਂ ਜਰਾ ਉਹ ਵੀ ਸੁਣ ਲਓ। ਸਰਪੰਚ ਪੱਖੋਵਾਲ ਕਰਨੈਲ ਸਿੰਘ, ਇਹ ਕਹਿਣਾ ਚਾਹੁੰਦਾ ਕਿ ਮੇਰੇ ਪਿੰਡ ਵਿੱਚ ਮੇਰਾ ਗੁੱਜਰ ਭਾਈਚਾਰਾ ਕਾਫੀ ਸਮੇਂ ਤੋਂ ਰਹਿ ਰਿਹਾ, ਸਾਡਾ ਆਪਸੀ ਬਹੁਤ ਪਿਆਰ ਆ। ਹੁਣ ਵੀ ਜਿੱਦਣ ਦੀ ਕਰੋਨਾ ਵਾਇਰਸ ਦਾ ਸੁਣਿਆ ਕਿ ਗੁੱਜਰ ਡੇਰਿਆਂ ਦੇ ਉੱਤੇ
ਇਹਨਾਂ ਨੂੰ ਖਾਸ ਕਰਕੇ ਟਾਰਗੇਟ ਕੀਤਾ ਗਿਆ ਕਿ ਇਹਨਾਂ ਦਾ ਦੁੱਧ ਨਹੀਂ ਲੈਣਾ। ਇਹਨਾਂ ਦੇ ਵਿੱਚੋਂ ਦਿੱਲੀਓਂ ਮਹਿਮਾਨ ਆਏ ਆ ਸਾਡੇ ਡੇਰਿਆਂ ਦੇ ਉੱਤੇ, ਕੋਈ ਦਿੱਲੀ ਤੋਂ ਕੋਈ ਬਾਹਰੋਂ ਬੰਦਾ ਨਹੀਂ ਆ ਕੇ ਰਹਿੰਦਾ। ਔਰ ਇਹਨਾਂ ਦਾ ਦੁੱਧ ਜਿਹੜਾ ਪਹਿਲਾਂ ਦੀ ਤਰ੍ਹਾਂ ਲੋਕ ਲੈਂਦੇ ਸੀ ਉੱਦਾਂ ਲਵੋ, ਇਹਨਾਂ ਦੇ ਦੁੱਧ ਵਿੱਚ ਕੋਈ ਇੱਦਾਂ ਦੀ ਜ਼ਹਿਰ ਨਹੀਂ ਮਿਲਾਈ ਹੋਈ ਜਿਹਦੇ ਨਾਲ ਲੋਕ ਇੰਨਾ ਵਾਈਟ ਕਰਦੇ। ਮੈਂ ਸਵੇਰ ਸ਼ਾਮ ਇਹਨਾਂ ਦੇ ਡੇਰਿਆਂ ਦੇ ਉੱਤੇ ਆਣ ਕੇ ਇਹਨਾਂ ਦਾ ਪੂਰਾ ਡੇਰਿਆਂ ਦਾ ਦੌਰਾ ਕਰਕੇ ਜਾਂਦਾ ਹਾਂ। ਇਹਨਾਂ ਕੋਲ ਸਵੇਰ ਨੂੰ ਵੀ ਇੱਕ ਟਾਈਮ, ਸ਼ਾਮਾਂ ਨੂੰ ਵੀ ਚਾਹ ਪੀ ਕੇ ਜਾਂਦਾ। ਅੱਜ ਤੱਕ ਮੈਨੂੰ ਵੀ ਨਾ ਕੁਛ ਨਹੀਂ ਹੋਇਆ। ਮੇਰੀ ਹੱਥ ਬੰਨ ਕੇ ਬੇਨਤੀ ਆ ਕਿ ਇੱਦਾਂ ਦੀ ਨਫ਼ਰਤ ਨਾ ਪੈਦਾ ਕਰੋ, ਜਾਤਵਾਦੀ ਦੇ ਉੱਤੇ ਸਿਆਸਤ ਨਾ ਕਰੋ। ਇਸ ਤੋਂ ਪਹਿਲਾਂ ਭਾਈ ਨਿਰਮਲ ਸਿੰਘ ਜੀ, ਉਹਨਾਂ ਨੂੰ ਵਰੋਨਾ ਹੋ ਗਿਆ, ਮਜ਼ਬੀ ਸਿੰਘ ਸਾਡੇ ਸਿੱਖ ਕੌਮ ਦੇ ਹੀਰੇ ਸੀ, ਅਤੇ ਇੱਦਾਂ ਆਪਾਂ ਅੱਜ ਮੁਸਲਮਾਨਾਂ ਟਾਰਗੇਟ ਬਣਾਇਆ, ਕੱਲ੍ਹ ਨੂੰ ਜਾਤੀਵਾਦੀ ਅਤੇ ਮਜ਼ਬੀ ਭਾਈਚਾਰੇ ਨੂੰ ਬਣਾਓਗੇ। ਇੱਦਾਂ ਦੀ ਨਫ਼ਰਤ ਦਿਲਾਂ 'ਚੋਂ ਕੱਢ ਦਿਓ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਪਹਿਲਾਂ ਦੀ ਤਰ੍ਹਾਂ ਪਿਆਰ ਬਣਾਈ ਰੱਖੀਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕੋਰੋਨਾ ਦੇ ਵੱਧ ਰਹੇ ਪ੍ਰਕੋਪ ਦੇ ਇਸ ਖਤਰਨਾਕ ਮਾਹੌਲ 'ਚ ਲੋਕਾਂ ਨੂੰ ਚਾਹੀਦਾ ਹੈ ਕਿ ਇੱਕ ਦੂਜੇ ਦਾ ਸਾਥ ਦੇਣ ਤਾਂ ਜੋ ਕੋਰੋਨਾ ਜਿਹੀ ਖਤਰਨਾਕ ਬਿਮਾਰੀ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ। ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਭੰਡਾਲ ਦੀ ਰਿਪੋਰਟ।